ਕਾਂਗਰਸ ਦੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਐਮਐਲਏਸ ਵੀ ਇੱਥੇ ਆ ਰਹੇ ਨੇ ਤੇ ਅਸੀਂ ਐਮਐਲਏਸ ਦੇ ਨਾਲ ਗੱਲ ਕਰ ਰਹੇ ਨੇ ਖਾਨਾ ਤੋਂ ਲੈ ਕੇ ਮਲਾਜ਼ਮਾਂ ਤੋਂ ਲੈ ਕੇ ਹਰ ਉਸ ਜਿਹੜੇ ਪੰਜਾਬ ਦੇ ਵਿੱਚ ਨਸ਼ੇ ਦੀ ਇੰਨੀ ਵੱਡੀ ਭਰਮਾਰ ਆ ਆਫ ਕੋਰਸ ਜਿਹੜਾ ਟਾਈਮ ਆਉਣ ਵਾਲਾ ਚੁਣੌਤੀਆਂ ਭਰਿਆ ਆ ਬਟ ਹੋਪ ਫਾਰ ਦਾ ਬੈਸਟ ਜੇ ਇੰਨੀ ਉਮੀਦ ਜਿਤਾਈ ਇੰਨਾ ਵੱਡਾ ਫਤਵਾ ਦਿੱਤਾ ਆਮ ਆਦਮੀ ਪਾਰਟੀ ਭੇਜਿਆ ਜਾ ਰਿਹਾ ਹਾਲੇ ਇਹ ਤਾਂ ਤੁਹਾਡੇ ਤੋਂ ਮੈਨੂੰ ਪਤਾ ਲੱਗ ਰਿਹਾ ਸੋ ਲੈਟਸ ਸੀ ਕੀ ਬਣਦਾ ਹੈ ਫਿਰ ਮੰਤਰੀ ਮੰਡਲ ਚ विधानसभा दी पौड़ियां चढ़ाउणा दूजी वारी इन्ना यकीन लोकां दा भरोसा करना इन्ना वड्डा फतवा देना मैनू लगदा बहुत वड्डी सेवा है। तुसीं ट्रेनिंग दिओगे जिहड़े नवें चुन के आए ने कि किवें काम करना है? सारे सियाणे आ, सारे बहुत समझदार आ ते बाकी ऑफ कोर्स सारे एक गाइडेंस नाल ही जिहड़ा आ हाउस अग्गे उन्नी नूं महकमा किहड़ा मिल रिहा क्या होगा आपको लगता है कि विधानसभा में ये पहला मुद्दा होना चाहिए? मुद्दे ही मुद्दे आ, जिन्ने मर्जी मुद्दे चक लो, 75 सालां च काम ही नहीं कीता कोई सरकार ने। एजुकेशन तो लैके हेल्थ तो लैके नशियां तो लैके प्रायोरिटी बेसिस लॉ एंड ऑर्डर दैट इज वेरी इंपॉर्टेंट जिहड़ा अज तक सरकार इग्नोर कर दी गई। मैनू लगता सरकार का फर्स्ट स्टैप दैट मैटर्स की लॉ एंड ऑर्डर जिहड़ा साडा प्रायोरिटी ते होना चाहिए एंड आई एम वेरी होपफुल कि आम आदमी पार्टी इन्हां सारियां चीजां नूं लैके अगे वधेगी। महकमा कहड़ा लै रहे हो मैम? महकमा तो लोगों ने मैंने ऑलरेडी दे दिया, दूजी बारी भरोसा जताया। ये भी मुझे आपसे ही सुनने को मिल रहा है, सो लेट्स सी की बनता। ਸਾਡੇ ਨਾਲ ਬਲਜਿੰਦਰ ਕੌਰ ਜੀ ਨੇ ਤਲਵੰਡੀ ਸਾਬੋ ਤੋਂ ਦੂਜੀ ਵਾਰ ਐਮਐਲਏ ਬਣੇ ਨੇ ਆਮ ਆਦਮੀ ਪਾਰਟੀ ਦੇ। ਬਲਜਿੰਦਰ ਜੀ ਪਹਿਲੇ ਤਾਂ ਮੁਬਾਰਕ ਹੋ ਤੁਹਾਨੂੰ ਬਹੁਤ ਬਹੁਤ ਜੀ, ਦੂਜੀ ਵਾਰ ਤੁਸੀਂ ਐਮਐਲਏ ਬਣੇ ਹੋ, ਸਰਕਾਰ ਦੇ ਸਾਹਮਣੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਹਮਣੇ ਕੀ ਪ੍ਰਾਇੋਰਟੀਜ਼ ਹੋਣਗੀਆਂ? ਸਾਰਿਆਂ ਨੂੰ ਵਧਾਈ ਆ ਪੂਰੇ ਪੰਜਾਬ ਦੇ ਲੋਕਾਂ ਨੂੰ ਕਿ ਆਮ ਆਦਮੀ ਪਾਰਟੀ ਤੇ ਇੰਨਾ ਭਰੋਸਾ ਜਤਾਇਆ, ਇੰਨੀ ਉਮੀਦ ਦੇ ਨਾਲ ਸਰਕਾਰ ਦੇ ਵਿੱਚ ਭੇਜਿਆ ਲੋਕਾਂ ਨੇ ਇੱਕ ਬਹੁਤ ਵੱਡਾ ਫਤਵਾ ਦਿੱਤਾ ਆ। ਔਰ ਆਫ ਕੋਰਸ ਇੱਕ ਤੋਂ ਇੱਕ ਮਸਲਾ ਜਿਹੜਾ ਬਹੁਤ ਇੰਪੋਰਟੈਂਟ ਹੈ ਇਸ ਵੇਲੇ, ਨਸ਼ਿਆਂ ਤੋਂ ਲੈ ਕੇ ਐਜੂਕੇਸ਼ਨ ਤੋਂ ਲੈ ਕੇ ਹੈਲਥ ਤੋਂ ਲੈ ਕੇ, ਯਾਨੀ ਕਿ 75 ਸਾਲਾਂ ਦੀ ਸਿਆਸਤ ਦੇ ਵਿੱਚ ਜਿਹੜੇ ਮੌਕੇ ਪੰਜਾਬ ਨੂੰ ਨਹੀਂ ਮਿਲੇ ਸੀਗੇ ਜਾਂ ਫਿਰ ਪਾਰਟੀਆਂ ਨੇ ਜਿਨ੍ਹਾਂ ਮੁੱਦਿਆਂ ਬਣੀ ਨਹੀਂ ਧਿਆਨ ਦਿੱਤਾ ਸੀ, ਆਮ ਆਦਮੀ ਪਾਰਟੀ ਉਹਨਾਂ ਸਾਰਿਆਂ ਮਸਲਿਆਂ ਨੂੰ ਲੈ ਕੇ ਗੱਲਬਾਤ ਅੱਗੇ ਵਧਾਉਣੀ ਹੈ। ਕੈਬਨਿਟ ਬਣਨ ਜਾ ਰਹੀ ਹੈ, ਬਲਜਿੰਦਰ ਕੌਰ ਜੀ ਆਪਣੇ ਆਪ ਨੂੰ ਕੈਬਨਿਟ ਦੇ ਵਿੱਚ ਦੇਖਦੇ ਨੇ, ਪਰ ਸੈਕਿੰਡ ਤੁਸੀਂ ਸੀਨੀਅਰ ਵਿਧਾਇਕ ਦੇਖੋ ਲੋਕਾਂ ਨੇ ਆਲਰੇਡੀ ਬਣਾ ਦਿੱਤੀ ਹੈ, ਜੋ ਵੀ ਹੋਊਗਾ ਵਿਸਤਾਰ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੋਊਗਾ। ਬਟ ਇੱਕ ਮਾਣ ਵਾਲੀ ਗੱਲ ਆ ਕਿ ਦੂਜੀ ਵਾਰੀ ਭਰੋਸਾ ਜਿਤਾਉਣਾ ਮੈਂ ਸਾਰੇ ਲੋਕਾਂ ਦਾ, ਪੰਜਾਬਦਿਆਂ ਦਾ, ਤਲਵੰਡੀ ਸਾਬੋਦਿਆਂ ਦਾ, ਖਾਸ ਕਰਕੇ ਬਹੁਤ ਰਹਿਣੀ ਆ ਤੇ ਬਹੁਤ ਧੰਨਵਾਦ ਕਰਦੀ ਹਾਂ। ਐਮਐਲਏ ਬਲਜਿੰਦਰ ਕੌਰ ਤਲਵੰਡੀ ਸਾਬੋ ਤੋਂ ਦੂਜੀ ਵਾਰ ਐਮਐਲਏ ਬਣੇ ਨੇ, ਆਮ ਆਦਮੀ ਪਾਰਟੀ ਦੇ ਤਮਾਮ ਵਿਧਾਇਕ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ।